ਪੰਜਾਬ ਸਰਕਾਰ ਵੱਲੋਂ ਸੜਕਾਂ ਉੱਤੇ ਜਿਹੜੇ ਹਾਦਸੇ ਰੋਕਣ ਦੇ ਲਈ SSF ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ, ਜਿਹੜੇ ਕਿ ਸਮਾਣਾ ਪਾਥਰ ਰੋਡ 'ਤੇ ਮਵੀ ਕਲਾਂ ਦੇ ਵਿੱਚ ਇੱਕ ਗੱਡੀ ਖੜਦੀ ਹੈ SSF ਦੀ ਟੀਮ ਦੀ। ਤੁਸੀਂ ਦੇਖ ਰਹੇ ਇਹਦੇ ਵਿੱਚ ਦੋ ਜਿਹੜੀ ਲੜਕੀਆਂ ਹੈ ਉਹ ਡਿਊਟੀ ਨਿਭਾ ਰਹੀਆਂ ਔਰ ਦੋ ਹੋਰ ਨੌਜਵਾਨ ਹੈ ਜਿਹੜੇ ਕਿ SSF ਟੀਮ ਦੇ ਸ਼ਾਮਿਲ ਹੈ। ਸੜਕ ਹਾਦਸੇ ਦੀ ਸੂਚਨਾ ਮਿਲਣ 'ਤੇ ਤੁਰੰਤ ਇਹ ਟੀਮ 10 ਮਿੰਟ ਜਾਂ ਵੱਧ ਤੋਂ ਵੱਧ 12 ਮਿੰਟ ਦੇ ਵਿੱਚ ਹਾਦਸੇ ਵਾਲੀ ਥਾਂ 'ਤੇ ਪਹੁੰਚਦੀ ਔਰ ਜ਼ਖਮੀ ਨੂੰ ਸਰਕਾਰੀ ਹਸਪਤਾਲ ਜਿਹੜਾ ਨੇੜੇ ਦੇ ਉੱਥੇ ਪਹੁੰਚਾਉਂਦੀ ਹੈ। ਇਹ ਗੱਡੀਆਂ ਸਮਾਣਾ ਦੇ ਮਵੀ ਕਲਾਂ ਅਤੇ ਪਾਥਰਾਂ ਦੇ ਨਜ਼ਦੀਕ ਦੁਗਾਲ ਕਲਾਂ 'ਚ ਖੜੀ ਹੈ। ਅਸੀਂ ਲੋਕਾਂ ਦੇ ਵੀ ਗੱਲਬਾਤ ਕਰਾਂਗੇ ਇਹਨਾਂ ਗੱਡੀਆਂ ਦੇ ਖੜ੍ਹੇ ਹੋਣ ਨਾਲ ਕਿੰਨਾ ਕੁ ਲੋਕਾਂ ਨੂੰ ਫਾਇਦਾ ਹੋ ਰਿਹਾ। ਹਾਂ ਨਰਿੰਦਰ ਸਿੰਘ ਜੀ, ਤੁਸੀਂ ਕਿੰਨੇ ਟਾਈਮ ਤੋਂ ਡਿਊਟੀ ਦੇ ਰਹੇ ਇੱਥੇ? ਇੱਕ ਹਫ਼ਤਾ ਹੋ ਚੁੱਕਾ ਜੀ। ਗੱਡੀ ਜਿਹੜੀ ਆਪਣੇ ਇਹ SSF ਦੀ ਗੱਡੀ ਹੈਗੀ, ਪਸਿਆਣਾ ਤੋਂ ਲੈ ਕੇ ਨਿਆਲ ਤੱਕ ਸਰਵਿਸ ਦੇ ਰਹੇ ਹਾਂਗੇ। 24 ਘੰਟੇ ਡਿਊਟੀ ਹੈ ਸਾਡੀ, 8-8 ਘੰਟੇ ਦੀ ਸ਼ਿਫਟਾਂ ਦੇ ਹਿਸਾਬ ਦੇ ਨਾਲ ਅਸੀਂ ਚੇਂਜ ਹੁੰਦੇ ਰਹਿੰਦੇ ਹਾਂ, ਇੱਕ ਦਰ ਰਾਤ ਦੀ ਡਿਊਟੀ। ਇਹ ਗੱਡੀ ਮਤਲਬ ਜਿਹੜੀ ਇੱਥੋਂ ਲੈ ਕੇ ਪਸਿਆਣਾ ਤੱਕ ਕਰਦੀ ਹੈ ਕਵਰ, ਅਤੇ ਦੂਜੀ ਗੱਡੀ ਦੁਗਾਲ ਖੜੀ? ਹਾਂਜੀ ਹਾਂ, ਉਹ ਦੂਜੀ ਦੁਗਾਲ ਤੋਂ ਲੈ ਕੇ ਖਨੌਰੀ ਤੱਕ ਉਹ ਰੂਟ ਹੈਗਾ ਜਿਹੜਾ ਵੱਖਰਾ ਰੋਡ ਆ ਗਿਆ ਜਿਹੜਾ ਆਪਣਾ ਸੰਗਰੂਰ ਵਾਲਾ, ਉਹ ਉੱਧਰ ਕਵਰ ਕਰਦੀ। ਇੱਕ ਟੀਮ 'ਚ ਕਿੰਨੇ ਕੁ ਤੁਸੀਂ ਜਿਹੜੇ ਜਵਾਨ ਹੈ ਇਸਮੇਂ ਕੰਮ ਕਰ ਰਹੇ ਹੋ? ਅਸੀਂ 4 ਬੰਦੇ ਪ੍ਰੈਜੈਂਟ ਰਹਿੰਦੇ ਹਾਂਗੇ ਇਹਦੇ ਉੱਤੇ 24 ਘੰਟੇ, ਅਤੇ ਇੱਕ ਸਾਡੇ ਇੰਚਾਰਜ ਸਾਹਿਬ ਨੇ, ਉਹਨਾਂ ਦੀ ਵੀ ਜਲਦੀ ਪੋਸਟਿੰਗ 1-2 ਦਿਨਾਂ 'ਚ ਆ ਰਹੇ ਨੇਗੇ, ਅਤੇ ਉਹ ਇੰਚਾਰਜ ਸਾਹਿਬ ਹੋਣਗੇ ਸਾਡੇ, ਅਤੇ 24 ਘੰਟੇ ਸ਼ਿਫਟਾਂ ਦੇ ਵਿੱਚ ਕੰਮ ਕਰਾਂਗੇ। ਹੁਣ ਤੱਕ ਤੁਸੀਂ ਇੱਕ ਹਫ਼ਤੇ ਦੇ ਦੌਰਾਨ ਕਿੰਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਚੁੱਕੇ ਹੋ? 4 ਕੇਸ ਆਏ ਸੀਗੇ ਸਾਡੇ ਕੋਲ, ਇੱਕ ਕਕਰਾਲਾ ਪਿੰਡ ਦੇ ਵਿੱਚ, ਅਤੇ ਇੱਕ ਦੇਦਣਾ ਦੇ ਵਿੱਚ, ਇੱਕ ਲੋਕਲ ਸਮਾਣਾ ਦਾ ਕੇਸ ਸੀਗਾ, ਅਤੇ ਇੱਕ ਸੀਗਾ ਆਪਣਾ ਢੈਂਠਲ ਦੇ ਕੋਲ। 4 ਕੇਸ ਅਸੀਂ ਅਟੈਂਡ ਕੀਤੇ ਨੇਗੇ, 4ਾਂ ਦੇ ਵਿੱਚੋਂ ਕੋਈ ਹਾਲੇ ਤੱਕ ਡੈਥ ਨਹੀਂ ਹੋਈ। ਸਾਨੂੰ 1-2 ਫੋਨ ਆਏ ਸੀ ਕੰਟਰੋਲ ਰੂਮ ਤੋਂ, ਅਸੀਂ ਬਾਕੀ ਇੱਥੇ ਕਾਲਸ ਨੂੰ ਡਾਇਰੈਕਟ ਵੀ ਆਉਣ ਲੱਗੇ ਲੋਕਾਂ ਦੀਆਂ ਕਿ ਇੱਥੇ ਪਹੁੰਚੋ। ਅਸੀਂ ਜਲਦ ਤੋਂ ਵੱਧ 8-10 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਕੇ ਸਰਵਿਸ ਦੇ ਦਿੰਦੇ। 112 'ਤੇ ਤੁਰੰਤ ਕਾਲ ਕਰੋ, SSF ਦੀ ਟੀਮ ਲਗਾਤਾਰ ਉੱਥੇ ਜਲਦੀ ਪਹੁੰਚਦੀ ਹੈ ਔਰ ਜ਼ਖਮੀ ਨੂੰ ਹਸਪਤਾਲ ਪਹੁੰਚਾਉਂਦੀ ਹੈ। ਇਸ ਇਲਾਕੇ ਦੇ ਮਵੀ ਦੇ ਖੜੇ ਹੈ ਵਸਨੀਕ, ਕੀ ਨਾਮ ਹੈ ਤੁਹਾਡਾ ਜੀ? ਵਿਕਰਮ ਜੀ, ਨੰਬਰਦਾਰ। ਹਾਂ ਨੰਬਰਦਾਰ ਜੀ, ਇਹ ਜਿਹੜੀ ਗੱਡੀਆਂ ਖੜੀ ਕਰੀਆਂ ਸਰਕਾਰ ਨੇ, ਇਸ ਦਾ ਤੁਸੀਂ ਕਿੰਨਾ ਮਹੱਤਵਪੂਰਨ ਸਮਝ ਰਹੇ ਹੋ? ਇਸ ਨੂੰ ਕਿੰਨੀ ਕਾਮਯਾਬ ਹੋ ਰਹੀ ਤੁਹਾਡੇ ਵਾਸਤੇ? ਨਾ ਵਧੀਆ ਜੀ, ਇਹ ਤਾਂ ਪੂਰੀ ਕਾਮਯਾਬ ਹੈ ਜੀ, ਬਹੁਤ ਫਾਇਦੇ ਵਾਲੀ ਗੱਲ ਹੈ ਜੀ। ਰੋਡ ਬਹੁਤ ਚੱਲਦਾ, ਮਤਲਬ ਐਕਸੀਡੈਂਟ ਹੁੰਦਾ ਮੌਕੇ 'ਤੇ, ਲੋਕਾਂ ਦਾ ਤੜਫਦਾ ਰਹਿੰਦਾ ਸੀ। ਹਾਂ ਤੜਫਦਾ ਰਹਿ, ਲੋਕ ਉਹਦੀ ਡਰਦੇ ਲਵੇ ਨਹੀਂ ਲੱਗਦੇ ਤੇ ਜੀ, ਜਾਂ ਹੋ ਰਹੇ ਤਾਂ ਚੰਗੀ ਗੱਲ ਹੈ ਜੀ। ਲੋਕ ਵੀ ਸ਼ਲਾਘਾ ਕਰ ਰਹੇ ਇਸ ਗੱਡੀ ਦੀ, ਔਰ ਵੀ ਲੋਕ ਖੜੇ ਹੈ ਇਸ ਪਿੰਡ ਦੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਆਪਜੀ ਦਾ? ਨਰਿੰਦਰ ਕੁਮਾਰ ਜੀ। ਨਰਿੰਦਰ ਜੀ, ਇਹ ਜਿਹੜੀ ਗੱਡੀਆਂ ਖੜੀ ਕਰੀਆਂ ਸਰਕਾਰ ਨੇ, ਕਿੱਥੇ ਕਿ ਦੁਗਾਲ, ਪਹਿਲਾਂ ਐਕਸੀਡੈਂਟ ਹੋਣ 'ਤੇ ਬੰਦਾ ਚੱਕਦਾ ਨਹੀਂ, ਪੈ ਰਹਿੰਦਾ ਤੜਫਦਾ ਰਹਿੰਦਾ ਸੀ, ਬੰਦੇ ਦੀ ਡੈਥ ਹੋ ਜਾਂਦੀ ਸੀ। ਹਾਂਜੀ, ਹੁਣ ਇਹ ਗੱਡੀਆਂ ਦਾ ਕਿੰਨਾ ਫਾਇਦਾ ਸਮਝਦੇ? ਬਹੁਤ ਜ਼ਿਆਦਾ ਫਾਇਦਾ ਜੀ, ਬਹੁਤ ਜ਼ਿਆਦਾ ਫਾਇਦਾ ਜੀ ਇਹਦਾ, ਵੀ ਕੋਈ ਬੰਦੇ ਨੂੰ ਕਦੋਂ ਨਹੀਂ ਚੱਕਿਆ ਜਾਂਦਾ ਤੀ ਜੀ, ਕੋਈ ਹਰੇਕ ਬੰਦਾ ਡਰਦਾ ਤੀ ਜੀ, ਇਹ ਬਹੁਤ ਵੱਡੀ ਸੇਫਟੀ ਆਈ ਸੀ ਜੀ। ਹਾਂ, ਬੰਦਾ 100 'ਚੋਂ ਜੀ ਕੋਈ 50 ਬੰਦੇ ਵੀ ਬਚ ਗਏ ਜੀ, ਕਿਸੇ ਜਾਨ ਬਚ ਗਈ, ਉਹਦਾ ਬੈਨੀਫਿਟ ਹੀ ਮਿਲੂਗਾ ਜੀ ਵਾਲੇ ਨੂੰ ਜੀ। ਹਾਂ, ਲੋਕਾਂ ਦੀ ਜਿਹੜੀ ਕੀਮਤੀ ਜ਼ਿੰਦਗੀ ਹੈ ਉਸ ਨੂੰ ਤੁਸੀਂ ਦੇਖ ਰਹੇ ਹੋ, ਲਗਾਤਾਰ SSF ਦੀ ਟੀਮ ਤੈਨਾਤ ਹੈ ਔਰ ਇਹਨਾਂ ਵੱਲੋਂ ਸਮਾਣਾ ਤੋਂ ਲੈ ਕੇ ਪਸਿਆਣਾ, ਪਸਿਆਣਾ ਤੋਂ ਮਵੀ ਕਲਾਂ, ਮਵੀ ਕਲਾਂ ਜਿਹੜੀ ਟੀਮ ਹੈ ਇੱਥੇ ਖੜ੍ਹੀ ਹੈ ਔਰ ਕੋਈ ਵੀ ਸੂਚਨਾ ਮਿਲਣ 'ਤੇ ਹਾਦਸੇ ਵਾਲੀ ਥਾਂ 'ਤੇ ਜਲਦੀ ਜਲਦੀ ਪਹੁੰਚਦੇ ਹੈ। ਇਸ ਟੀਮ ਦੇ ਵਿੱਚ ਜਿਹੜੀ ਲੜਕੀਆਂ ਸ਼ਾਮਿਲ ਹੈ, ਮਨਪ੍ਰੀਤ ਜੀ ਤੁਸੀਂ ਕਿਆ ਕਹੋਗੇ, ਤੁਸੀਂ ਕਿੰਨੇ ਟਾਈਮ ਹੋ ਗਏ ਜੁਆਇਨ ਕਰੇ? ਸਰ ਮੈਨੂੰ 1.5 ਸਾਲ ਹੋ ਗਏ ਜੁਆਇਨ। 1.5 ਸਾਲ ਹੋ ਗਏ। ਪਹਿਲਾਂ ਕਿੱਥੇ ਡਿਊਟੀ ਕਰ ਰਹੇ ਸੀ ਤੁਸੀਂ? ਪਹਿਲਾਂ ਸਰ ਟ੍ਰੇਨਿੰਗ 'ਤੇ ਸੀ। ਟ੍ਰੇਨਿੰਗ 'ਚ ਸੀ ਤੁਸੀਂ, ਅਤੇ ਇਸ ਮੈਂ ਆਏ ਹੋ ਤੁਸੀਂ, ਕਿਵੇਂ ਜਿਸ ਤਰ੍ਹਾਂ ਜ਼ਖਮੀ ਨੂੰ ਪਹੁੰਚਾਉਂਦੇ ਹੋ, ਇਹ ਕਿਸ ਤਰ੍ਹਾਂ ਦਾ ਤੁਹਾਨੂੰ ਸਕੂਨ ਮਿਲਦਾ? ਸਰ ਬਹੁਤ ਵਧੀਆ ਲੱਗਦਾ, ਮਤਲਬ ਅਗਲੇ ਕਿਸੇ ਦੀ ਜਾਨ ਬਚਾ ਕੇ ਵੀ ਵਧੀਆ ਚੀਜ਼ ਹੈ, ਮਤਲਬ ਦੂਜੀ ਡਿਊਟੀ ਨਾਲੋਂ ਵਧੀਆ ਲੱਗਦਾ ਸਰ, ਵੀ ਪੁੰਨ ਦਾ ਕੰਮ ਹੈ ਇੱਕ ਤਰ੍ਹਾਂ, ਵੀ ਕਿਸੇ ਦੀ ਜਾਨ ਬਚ ਰਹੀ ਹੈ ਸਰ, ਵਧੀਆ ਲੱਗ ਰਿਹਾ ਡਿਊਟੀ ਕਰਕੇ। ਦੇਖੋ ਜਿਹੜੇ ਇਸ ਟੀਮ 'ਤੇ ਤੈਨਾਤ ਜਵਾਨ ਹੈ, ਉਹਨਾਂ ਦਾ ਕਹਿਣਾ ਹੈ ਕਿ ਕਿਸੇ ਦੀ ਜਾਨ ਬਚਾ ਕੇ ਸਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ, ਕਿਉਂਕਿ ਕਿਸੇ ਦੀ ਜ਼ਿੰਦਗੀ ਬਚਦੀ ਹੈ। ਸੜਕ ਹਾਦਸੇ ਦੇ ਵਿੱਚ ਤਾਂ ਉਸਦਾ ਪਰਿਵਾਰ ਕਿੰਨੀ ਅਸੀਸਾਂ ਇਹਨਾਂ ਨੂੰ ਦਿੰਦਾ ਹੋਣਾ, ਔਰ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ, SSF ਦੀ ਗੱਡੀਆਂ ਲਾਈਆਂ ਗਈਆਂ ਹਨ ਸੜਕਾਂ ਉੱਤੇ, ਇਹਨਾਂ ਦਾ ਬਹੁਤ ਜ਼ਿਆਦਾ ਵਰਦਾਨ ਸਾਬਿਤ ਹੋ ਰਿਹਾ ਲੋਕਾਂ ਦੇ ਲਈ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ।